ਸਾਇੰਸ ਲੈਬ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਜਿਹੜੇ ਰਸਾਇਣ ਨੇ ਉਹਨਾਂ ਨੂੰ ਇਹਦੇ ਵਿੱਚ ਪਾ ਕੇ ਰੱਖਿਆ ਜਾਂਦਾ। ਔਰ ਇਹਦੀ ਇੱਕ ਖਾਸੀਅਤ ਹੋਰ ਹੈ ਕਿ ਜਿੰਨੇ ਵੀ ਇਹ ਆਪਰੇਟਸ ਹੁੰਦੇ ਆ ਇਹ ਬੋਰੋਸਿਲੀਕੇਟ ਗਲਾਸ ਦੇ ਬਣੇ ਹੁੰਦੇ ਆ। ਬੋਰੋਸਿਲੀਕੇਟ ਗਲਾਸ ਇੱਕ ਅਜਿਹਾ ਗਲਾਸ ਦੀ ਕਿਸਮ ਹੈ ਜਿਸ ਨੂੰ ਅਗਰ ਅਸੀਂ ਗਰਮ ਕਰਦੇ ਹਾਂ ਤਾਂ ਇਹ ਐਕਸਪੈਂਡ ਨਹੀਂ ਹੁੰਦਾ। ਜਿਵੇਂ ਅਕਸਰ ਤੁਸੀਂ ਦੇਖਿਆ ਹੋਣਾ ਘਰਾਂ ਦੇ ਵਿੱਚ ਕੱਚ ਦੇ ਗਲਾਸ ਹੁੰਦੇ ਆ, ਜੇ ਅਸੀਂ ਉਸ ਦੇ ਵਿੱਚ ਗਰਮ ਦੁੱਧ ਜਾਂ ਚਾਹ ਪਾ ਦਈਏ ਤਾਂ ਉਹ ਤਿੜਕ ਜਾਂਦੇ ਨੇ, ਤਿੜ ਜਾਂਦੇ ਨੇ। ਪਰ ਇਹ ਜਿਹੜੀ ਬੋਰੋਸਿਲੀਕੇਟ ਗਲਾਸ ਹੈ ਇਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ, ਇਹਦੇ 'ਚ ਐਕਸਪੈਂਸ਼ਨ ਬਹੁਤ ਘੱਟ ਹੁੰਦੀ ਹੈ। ਇਸ ਕਰਕੇ ਜੇ ਇਹਦੇ ਵਿੱਚ ਕੋਈ ਰਸਾਇਣ ਪਾ ਕੇ ਅਸੀਂ ਗਰਮ ਵੀ ਕਰਦੇ ਹਾਂ ਤਾਂ ਇਹ ਕਦੇ ਵੀ ਤਿੜਕਦਾ ਨਹੀਂ ਹੈ, ਇਹਦੇ 'ਚ ਕੋਈ ਤਰੇੜ ਨਹੀਂ ਆਉਂਦੀ। ਯਾਦ ਰਹੇਗਾ ਵੀ ਅਲੱਗ ਅਲੱਗ ਸਾਈਜ਼ ਹੋ ਸਕਦੇ ਹੈ, ਇਹ ਵੱਡੇ ਸਾਈਜ਼ 'ਚ ਵੀ ਹੋ ਸਕਦੇ ਹੈ, ਛੋਟਿਆਂ 'ਚ ਵੀ ਹੋ ਸਕਦੇ ਹੈ। ਕੋਈ 500 ml ਹੋ ਸਕਦਾ, ਕੋਈ 100 ml ਹੋ ਸਕਦਾ, ਕੋਈ 250 ml ਹੋ ਸਕਦਾ, ਕੋਈ 1 ਲੀਟਰ ਤੱਕ ਵੀ ਹੋ ਸਕਦੇ ਨੇ। ਤਾਂ ਨਾਮ ਕੀ ਸੀਗਾ ਵੀ ਇਹਦਾ? ਕੋਨੀਕਲ ਫਲਾਸਕ। ਕਲੀਅਰ? ਥੈਂਕ ਯੂ।